ਸਤਿ ਸ਼੍ਰੀ ਅਕਾਲ ਪਿਆਰੇ ਬੱਚੋ, ਔਨਲਾਈਨ ਕਲਾਸਾਂ ਵਿੱਚ ਤੁਹਾਡਾ ਸਵਾਗਤ ਹੈ। ਕੱਲ੍ਹ ਅਸੀਂ ਤੁਹਾਡਾ ਪਹਿਲਾ ਲੈਸਨ ਕੀਤਾ ਸੀ ਅਰਦਾਸ। ਇਸ ਲੈਸਨ ਦੇ ਪਹਿਲਾਂ ਅਸੀਂ ਇਹਨੂੰ ਰੀਡ ਕੀਤਾ ਕਿ ਕਿਸ ਪ੍ਰਕਾਰ ਬੱਚੇ ਜੋ ਹਨ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਹੇ ਪਰਮਾਤਮਾ ਸਾਨੂੰ ਵਿੱਦਿਆ ਦਾ ਦਾਨ ਬਖਸ਼, ਉਸ ਪਰਮਾਤਮਾ ਕੋਲੋਂ ਵਿੱਦਿਆ ਮੰਗ ਰਹੇ ਹਨ। ਫਿਰ ਅਸੀਂ ਇਸ ਲੈਸਨ ਦੇ ਔਖੇ ਸ਼ਬਦਾਂ ਦੇ ਅਰਥ ਕੀਤੇ, ਜੋ ਜੋ ਵੀ ਸਾਨੂੰ ਸ਼ਬਦ ਇਸ ਲੈਸਨ ਵਿੱਚ ਕਠਿਨ ਲੱਗੇ ਉਹਨਾਂ ਦਾ ਅਰਥ ਵੇਖਿਆ। ਫਿਰ ਅਸੀਂ ਇਸ 'ਤੇ ਐਮ ਸੀ ਕਿਊ ਕੀਤੇ। ਐਮ ਸੀ ਕਿਊ ਔਰ ਖਾਲੀ ਥਾਂ ਭਰੋ। ਅੱਜ ਅਸੀਂ ਇਸ ਲੈਸਨ ਦੇ ਕੁਸ਼ਚਨ ਆਂਸਰ ਕਰ ਰਹੇ ਹਾਂ। ਔਰ ਇਸ ਤੋਂ ਬਾਅਦ ਵਿਰੋਧੀ ਸ਼ਬਦ ਔਰ ਵਚਨ ਕਰਦੇ ਹਾਂ, ਠੀਕ ਹੈ? ਤੋ ਸਟਾਰਟ ਕਰਦੇ ਹਾਂ ਪਹਿਲੇ ਲੈਸਨ ਅਰਦਾਸ। ਪਹਿਲਾ ਕੁਸ਼ਚਨ ਹੈ, ਪਹਿਲਾ ਕੁਸ਼ਚਨ ਹੈ, ਬੱਚੇ ਕਿਸ ਦੇ ਦੁਆਰ ਤੇ ਆਏ ਹਨ? ਬੱਚੇ ਕਿਸ ਦੇ ਦੁਆਰ ਤੇ ਆਏ ਹਨ? ਦੁਆਰ ਦਰਵਾਜ਼ਾ ਜਾਂ ਦਰ? ਦੁਆਰ ਤੇ ਆਏ ਹਨ। ਹਾਂਜੀ, ਬੱਚੇ ਕਿਸ ਦੇ ਦੁਆਰ ਤੇ ਆਏ ਹਨ ਤੇ ਆਂਸਰ ਹੋਏਗਾ, ਬੱਚੇ ਈਸ਼ਵਰ ਦੇ ਦੁਆਰ ਤੇ ਆਏ ਹਨ। ਆਂਸਰ ਏ, ਬੱਚੇ ਈਸ਼ਵਰ ਦੇ, ਈਸ਼ਵਰ ਦੇਖੋ ਈੜੀ ਨੂੰ ਵੱਡੇ ਈ ਦੀ ਮਾਤਰਾ, ਕਿਉਂਕਿ ਹਿੰਦੀ ਚ ਵੀ ਈਸ਼ਵਰ ਕਿਸ ਕਿਵੇਂ ਲਿਖਿਆ ਜਾਂਦਾ ਹੈ, ਵੱਡੀ ਈ ਔਰ ਅੱਧਾ ਸ਼ੈ ਵੈਰ ਹੈ ਈਸ਼ਵਰ। ਤੇ ਇਸੇ ਪ੍ਰਕਾਰ ਪੰਜਾਬੀ ਚ ਈੜੀ, ਈੜੀ ਨੂੰ ਵੱਡੀ ਈ ਦੀ ਮਾਤਰਾ, ਸੱਸੇ ਦੇ ਪੈਰ ਵਿੱਚ ਬਿੰਦੀ ਈਸ਼ਵਰ, ਬੱਚੇ ਈਸ਼ਵਰ ਦੇ ਦੁਆਰ ਤੇ ਆਏ ਹਨ। ਦੁਆਰ ਤੇ ਆਏ ਹਨ, ਠੀਕ ਹੈ? ਅਸੀਂ ਪਹਿਲਾ ਕੁਸ਼ਚਨ। ਸੈਕਿੰਡ ਕੁਸ਼ਚਨ ਏ, ਸਾਡਾ ਪਾਲਣਹਾਰ ਕੌਣ ਹੈ? ਸਾਡਾ ਪਾਲਣਹਾਰ ਕੌਣ ਹੈ? ਪਾਲਣਹਾਰ ਮਤਲਬ ਪਾਲਣ ਵਾਲਾ, ਸਾਨੂੰ ਪਾਲਣਹਾਰ ਕੌਣ ਹੈ? ਤੁਸੀਂ ਸਭ ਨੇ ਪੜ੍ਹਿਆ ਹੈ ਲੈਸਨ 'ਚ, ਸਾਡਾ ਪਾਲਣਹਾਰ ਈਸ਼ਵਰ ਹੈ ਜਾਂ ਪਰਮਾਤਮਾ ਹੈ। ਸਾਡਾ ਪਾਲਣਹਾਰ ਈਸ਼ਵਰ ਹੈ। थर्ड क्वेश्चन है, बच्चे किस अगे अरदास कर रहे हैं? बच्चे किस अगे अरदास कर रहे हैं? तुसी कविता रीड की है, बच्चे परमात्मा अगे अरदास कर रहे हैं। ਅਰਦਾਸ ਅਰਦਾਸ ਹੁੰਦਾ ਹੈ ਬੇਨਤੀ ਕਰਨਾ,
ਕਰ ਰਹੇ ਹਨ। ਆਨਸਰ ਬੱਚੇ ਪਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਠੀਕ ਹੈ। ਇਹਨਾਂ ਕੁਸ਼ਚਨਾਂ ਨੂੰ ਨੋਟ ਕਰੋ ਪਹਿਲੇ। ਹਾਂਜੀ नेक्स्ट क्वेश्चन है, सानू हमेशा किस तरह के काम करने चाहिए हैं? सानू हमेशा किस तरह के काम करने चाहिए हैं? ਚਾਹੀਦੇ ਹਨ ਹਾਂਜੀ ਆਂਸਰ ਕੀ ਹੋਏਗਾ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਆਂਸਰ ਹੈ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਇਹ ਸੀ ਤੁਹਾਡੇ ਕੁਸ਼ਚਨ ਆਨਸਰ ਇਹਨੂੰ ਨੋਟ ਕਰੋ ਇਸ ਤੋਂ ਬਾਅਦ ਹਨ ਵਿਰੋਧੀ ਸ਼ਬਦ ਨੈਕਸਟ ਆਉਂਦੇ ਹਨ ਵਿਰੋਧੀ ਸ਼ਬਦ ਜੋ ਕਿ ਇਸ ਲੈਸਨ ਵਿੱਚ ਹੀ ਦਿੱਤੇ ਹੋਏ ਹਨ ਵਿਰੋਧੀ ਸ਼ਬਦ ਠੀਕ ਹੈ ਫਸਟ ਹੈ ਹਨੇਰੇ ਹਨੇਰੇ ਤਾਂ ਇਸਦਾ ਵਿਰੋਧੀ ਕੀ ਹੋਏਗਾ ਚਾਨਣ ਚਾਨਣ ਸੈਕਿੰਡ ਸ਼ਬਦ ਹੈ ਬਾਲ ਹੁਣ ਇੱਕ ਬਾਲ ਹੁੰਦਾ ਛੋਟਾ ਤੇ ਉਸਦਾ ਉਲਟਾ ਕੀ ਹੋਏਗਾ ਬੁੱਢਾ ਬੁੱਢਾ ਥਰਡ ਹੈ ਸੋਨਾ ਇਸਦਾ ਵਿਰੋਧੀ ਹੋਏਗਾ ਪੈੜਾ ਪੈੜਾ ਫੋਰਥ ਤੇ ਵੇ ਖੁਸ਼ੀ ਖੁਸ਼ੀ ਇਸਦਾ ਵਿਰੋਧੀ ਹੋਏਗਾ ਇੱਕ ਤਰਫ ਖੁਸ਼ੀ ਹੁੰਦੀ ਹੈ ਔਰ ਇੱਕ ਤਰਫ ਗਮ ਹੁੰਦਾ ਗਮੀ
हाँ जी, इसमें नोट करो। अगे वे उच्चा उच्चा उच्चे दा होएगा नीवा नीवा। अगला है वद, वद हुंदा है ज्यादा, कोई चीज ज्यादा हो तो उसनु उसका अपोजिट की हो जाएगा काटा, कट हुंदा है थोड़ा होना, किसी चीज का थोड़ा होना। प्यार, प्यार का जो अपोजिट हो जाएगा नफरत। नफरत अगला है मोटा, मोटा जो है उसका अपोजिट हो जाएगा पतला। पतला, हाँ जी, इसमें नोट करो। इस तो बाद वचन करते हैं। ਹੁਣ ਅਸੀਂ ਕਰ ਰਹੇ ਹਾਂ ਨੈਕਸਟ ਕੁਐਸਚਨ ਹੈ, ਹੇਠਾਂ ਦਿੱਤੇ ਸ਼ਬਦਾਂ ਨੂੰ ਪੜ੍ਹੋ ਤੇ ਸਮਝੋ, ਮਤਲਬ ਉਹਨਾਂ ਦੇ ਵਚਨ ਬਦਲੋ। ਇਹ ਸੀ ਗ੍ਰਾਮਰ ਚੋਂ ਨਹੀਂ, ਇਸ ਲੈਸਨ ਵਿੱਚ ਹੀ ਜੋ ਵਚਨ ਤੇ ਵਿਰੋਧੀ ਆਏ ਹਨ ਉਹਨਾਂ ਨੂੰ ਕਰ ਰਹੇ ਹਾਂ, ਵਚਨ ਬਦਲੋ। ਫਸਟ ਹੈ ਅਰਦਾਸ, अरदास का वचन हो जाएगा अरदासा, बहुवचन इसका बनेगा अरदासा, उत्ते बिंदी, क्योंकि आड़े कन्ने की मात्रा के नाल बिंदी लगती है। सेकंड है हाथ, है हाथ का बहुवचन हो जाएगा हत्थां, दास, दास का बहुवचन हो जाएगा दासा, फोर्थ वे निक्का, निक्का शब्द का बहुवचन, देखो हुण ये आदि मात्रा नहीं लगेगी, निक्का है ते निक्के, अरदास दा अरदासा, हत्था दास दासा, निक्का निक्के। नेक्स्ट है बच्चा, बच्चे दा बहुवचन हो जाएगा बच्चे, नंबर ते वे वड्डा, वड्डे का बहुवचन हो जाएगा वड्डे, इस तो बाद है छोटा, छोटे का बहुवचन हो जाए छोटा छोटे, बहुत सारे छोटे हों तो बहुवचन बनेगा छोटे। और एट ते वे रंग, रंग का बहुवचन हो जाएगा रंगा,
करना। ठीक है, बच्चा बच्चे, वड्डा वड्डे, छोटा छोटे, रंग रंगा, ये सब थोड़े वचन बदलो। इस दे नाल ही तुहाडा ये फस्ट लैसन जो है वो कंप्लीट हुंदा है। फस्ट लैसन दे क्वेश्चन आंसर भी हो गए, MCQ खाली थां भरो, विरोधी शब्द ते वचन बदलो। कल नूं असीं इसका सैकेंड लैसन करांगे, चिड़ी अते कां। तुसीं खुद भी इस लैसन नूं पहले रीड करके देखना है, और ये बहुत अच्छी कविता सी। इस कविता नूं तुसीं याद भी करना है, अरदास कविता नूं। हर एक बच्चे नूं ये कविता पूरी याद होनी चाहीदी है, और इसका जिन्ना भी बुक वर्क है तुसीं उहनूं फील करना है अपनी टेक्स्ट बुक विच। जिस भी बच्चे का ये कम रहिंदा है वो उसनूं नाल दे नाल हुण फील कर सकता है। ठीक है, अज दे लई ही इन्ना ही। सत श्री अकाल।